ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਜੀ? ਸਤਿ ਸ਼੍ਰੀ ਅਕਾਲ, ਕਿੱਦਾਂ ਵਿਸ਼ਾਲ ਕੈਰੋਂ ਜੀ, ਕਿਵੇਂ ਜੀ? ਹਾਂਜੀ, ਵਧੀਆ ਵਧੀਆ, ਠੀਕ ਆ। ਅੱਜ ਸਾਡੇ ਪਿੰਡ ਆਏ ਵੀਰ ਨੀ, ਅਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ। ਜ਼ਿਆਦਾ ਖੁਸ਼ੀ ਆ। ਹਾਂਜੀ, ਸਰਨਾ ਜੀ ਆਪਣੇ ਨੂੰ ਮਿਲਿਆ, ਮੱਖਣ ਸੰਧੂ ਭਲਵਾਨ ਮੱਖੀ ਕਲਾਂ ਵਾਲੇ ਦਾ ਇਹ ਵੀਰ ਛੋਟਾ, ਅਤੇ ਮੱਖਣ ਆਪਣੀ ਵੀ ਜਿੰਦ ਜਾਣ ਆ। ਵੱਡੀ ਦੀ ਦੁਨੀਆਂ ਦੇ ਵਿੱਚ ਜੇ ਮੈਂ ਕਹਾਂ ਵੀ ਜੇ ਬਹੁਤ ਵਧੀਆ, ਜੇ ਮੈਂ ਕਮਾਈ ਕੀਤੀ ਆ ਮੱਖਣ ਭਲਵਾਨ ਵਰਗੇ, ਵਿਸ਼ਾਲ ਸ਼ੇਰ ਵਰਗੇ ਭਰਾ, ਇਹ ਮਾਲਕ ਸੱਚੇ ਪਾਤਸ਼ਾਹ ਨੇ ਦਿੱਤੇ ਆ। ਅਤੇ ਕਬੱਡੀ ਜਿੰਦਾਬਾਦ। ਹੋਰ ਸੁਣਾਓ, ਕਿਵੇਂ? ਠੀਕ ਠਾਕ? ਵਧੀਆ, ਆਨੰਦ ਹੋਏ ਪਿਆ, ਸੱਚੇ ਪਾਤਸ਼ਾਹ ਦੀ ਦਇਆ। ਅੱਜ ਦੋਵੇਂ ਵੀਰ ਚੱਲੇ ਹਾਂ ਘਰਿਆਲੇ, ਮਹਾਂਪੁਰਸ਼ਾਂ ਦਾ ਮੇਲਾ ਸ਼੍ਰੀ ਮਨਸੰਤ ਬਾਬਾ ਤਾਰ ਸਿੰਘ ਜੀ ਘਰਿਆਲੇ ਆ। ਹਾਂਜੀ, ਜਿਹੜੇ ਮਾਝੇ ਦੀ ਧਰਤੀ 'ਤੇ ਜਿਨ੍ਹਾਂ ਨੇ ਕਬੱਡੀ ਦਾ ਉਹ ਬੂਟਾ ਲਾਇਆ, ਜਿਹੜਾ ਹੁਣ ਅਸਲ ਦੇ ਵਿੱਚ ਹੁਣ ਉਹ ਫਲ ਦੇਣ ਲੱਗ ਪਿਆ, ਵੀ ਮਾਝਾ ਮਾਝਾ ਕਰੀ ਦੁਨੀਆਂ 'ਚ ਹੋਈ ਆ। ਹੁਣ ਜਿੰਨੇ ਵੀ ਈਵੈਂਟ ਵੱਡੇ ਵੱਡੇ ਕਬੱਡੀ ਵਾਲੇ, ਵੱਡੇ ਵੱਡੇ ਕੱਪ ਕਹਿ ਸਕਦੇ ਹਾਂ ਜਾਂ ਬਾਹਰਲੇ ਸੀਜ਼ਨ, ਉਹਨਾਂ 'ਚ ਮਾਝੇ ਆਉਣਾ ਦੀ ਬਾਬੇ ਦੀ ਕਿਰਪਾ ਨਾਲ ਦੂਜੀ ਬੋਲਣ ਲੱਗ ਪਈ ਹੈ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ। ਮਾਝੇ ਦੀ ਕਬੱਡੀ ਮਤਲਬ ਉੱਥੇ ਸ਼ੁਰੂ ਹੋਈ ਆ? ਤਾਂ ਹਾਂ, ਮਹਾਂਪੁਰਸ਼ਾਂ ਨੇ ਸਰਕਲ ਸਟਾਈਲ ਦਾ ਬੂਟਾ ਜਿਹੜਾ ਬਾਬਾ ਜੀ ਉਹਨਾਂ ਨੇ ਲਾਇਆ ਹੈ, ਮੱਖਣ ਭਲਵਾਨ ਹੋਣੀ ਉਹਨਾਂ ਤੋਂ ਮਿਹਨਤ ਕੀਤੀ ਆ। ਹਾਂਜੀ, ਬਾਕੀ ਇੱਦਾਂ ਦੇ ਮੈਂ ਤਾਂ ਚਾਹੁੰਦਾ ਵੀ ਹਰੇਕ ਖੇਤਰ ਦੇ ਨਾਲ ਇੱਕ ਮਤਲਬ 100 ਕਿਲੋਮੀਟਰ ਦੇ ਵਿੱਚ ਇੱਦਾਂ ਦੇ ਮਹਾਂਪੁਰਸ਼ ਜ਼ਰੂਰ ਜਾਂ ਇੱਦਾਂ ਦੀ ਹਸਤੀ ਜ਼ਰੂਰ ਹੋਣੀ ਚਾਹੀਦੀ ਹੈ ਜਿਹੜੀ ਇੱਦਾਂ ਦੀਆਂ ਖੇਡਾਂ ਨੂੰ ਜਾਂ ਧਾਰਮਿਕਤਾ ਨੂੰ ਪ੍ਰਫੁੱਲਿਤ ਕਰਨ ਦੇ ਲਈ ਹਿੱਸਾ ਪਾਉਣ। ਅਤੇ ਬਾਬਾ ਜੀ ਨੇ ਬਹੁਤ ਸਾਥ ਦਿੱਤਾ ਮੁੰਡਿਆਂ ਦਾ, ਅੱਜ ਵੀ ਬੜੇ ਗਰੀਬ ਘਰਾਂ ਦੇ ਮੁੰਡੇ ਉੱਥੇ ਮਿਹਨਤ ਕਰਦੇ ਆ ਅਤੇ ਜਿਹੜੇ ਸਟਾਰ ਬਣ ਰਹੇ ਆ, ਇਹ ਵੱਡੀ ਗੱਲ ਆ। ਜਿਹੜੇ ਪੱਤਰਕਾਰ ਨੇ ਜਾਂ ਜਿਹੜੇ ਵੀਡੀਓ ਦੇ ਸ਼ੌਕੀਨ ਨੇ ਨਾ, ਹਾਂਜੀ, ਉਹਨਾਂ ਮੈਂ ਭਰਾਵਾਂ ਨੂੰ ਇਹੋ ਬੇਨਤੀ ਕਰੂੰਗਾ ਵੀ ਕੋਸ਼ਿਸ਼ ਕਰਿਓ ਜਾ ਕੇ ਘਰਿਆਲੇ ਦੀ ਅਕੈਡਮੀ ਵਿਖਾਓ ਲੋਕਾਂ ਨੂੰ, ਕਿਉਂਕਿ ਉਹ ਬਾਕੀ ਇੱਕ ਇਤਿਹਾਸ ਹੀ ਇੱਕ ਹਿਸਾਬ ਦਾ, ਜਿੱਥੋਂ ਸਾਡੀ ਮਾਝੇ ਦੀ ਕੌਡੀ ਨੂੰ ਜਿੱਥੋਂ ਹੁਲਾਰਾ ਮਿਲਿਆ ਉਹ ਘਰਿਆਲੇ ਦੀ ਧਰਤੀ ਆ। ਅਤੇ ਸਾਡਾ ਵੀਰ ਜਸਵਿੰਦਰ ਕਲਸੀ ਮਹਾਂਪੁਰ ਸਾਹਿਬ ਉੱਥੇ ਉਹਨਾਂ ਦੀ ਕਿਉਂਕਿ ਰਹਿਣ ਵਾਲੀ ਦੇ ਹੇਠ ਇਸ ਟਾਈਮ ਮੁੰਡੇ ਮਿਹਨਤ ਕਰਦੇ ਆ, ਬਾਬਾ ਜੀ ਹੁਣ ਦੀ ਕਿਰਪਾ ਹੀ ਬਹੁਤ। ਅਮਰਤ ਖੁਸ਼ ਇਹ ਮੇਰਾ ਉਹ ਯਾਰ ਜਿਹੜਾ ਪਹਿਲੀਆਂ ਦੇ ਨਾਲ ਆ, ਨਸਰੀ ਸਹੀ ਗੱਲ, ਬਾਕੀ ਦੇ ਟਾਈਮ ਦੇ ਨਾਲ ਆਉਂਦੇ ਆ ਤੇ ਚਲੇ ਜਾਂਦੇ ਆ। ਜਿਹੜਾ ਮਾੜੇ ਟਾਈਮ ਜੇ ਨਾਲ ਹੋਵੇ ਤੇ ਫਿਰ ਜੇ ਮੰਨ ਲਓ ਰੱਬ ਮਿਹਰ ਕਰੇ ਤੇ ਤੁਹਾਡਾ ਚੰਗਾ ਟਾਈਮ ਆ ਜੇ ਤੇ ਫਿਰ ਉਹ ਵੀ ਤੁਹਾਡੇ ਨਾਲ ਆਉਣਾ। ਹਾਂਜੀ ਸਹੀ ਗੱਲ, ਤੁਹਾਡੇ ਕਿਰਦਾਰ ਦਾ ਵੀ ਪਤਾ ਲੱਗਦਾ। ਹਾਂਜੀ, ਹਾਂ ਵੀ ਨਹੀਂ ਵਾਕਿਆ ਯਾਰੀਆਂ 'ਚ ਖੜੇ ਜੇ। ਸਹੀ ਗੱਲ। ਅਤੇ ਵੀ ਅੱਜ ਇੱਕ ਵੀਰ ਜੀ ਗੱਲ ਦੱਸੋ, ਸਭ ਤੋਂ ਮਤਲਬ ਸ਼ੁਰੂ ਕੀਤੀ ਕਮੈਂਟਰੀ ਕਿੱਥੋਂ ਸ਼ੁਰੂ ਕੀਤੀ? ਇਹ ਮੈਂ 2018 ਸ਼ੁਰੂ ਕੀਤੀ, ਉਹ ਕ੍ਰਿਕਟ ਦਾ ਮੈਚ ਬੋਲਿਆ ਜੀ, ਕੋਠੀਆਂ ਪਿੰਡ, ਕੋਠੀਆਂ ਪਿੰਡ ਜਤਿੰਦਰ ਆਪਣਾ ਉੱਠੀਆਂ ਵਾਲਾ ਉਹਦੇ ਪਿੰਡ। ਠੀਕ ਆ। ਤੇ ਅੱਜ ਬਾਬੇ ਦੀ ਮਿਹਰ ਦਾ ਬਾਰਵੀਂ ਹੋਇਆ ਵੀਰ। ਹਾਂ, ਮਹਾਰਾਜ ਨੇ ਮਿਹਰ ਕੀਤੀ ਆਪਣੇ ਬੱਸੋਂ ਬਾਹਰ ਦੀਆਂ ਗੱਲਾਂ ਸਾਰੀਆਂ ਇਹ। ਸਹੀ ਗੱਲ, ਨਾ ਇਹ ਸੋਚ ਸੋਚੀ ਸੀ ਨਾ ਹੁਣ ਹੀ ਦਿਮਾਗ 'ਚ ਹੈਗਾ ਵੀ ਇਹ ਕੋਈ ਜੋ ਚੱਲਣ ਡਿਆ ਆ ਉਹ ਕਾਲ ਪੁਰਖੀ ਆ। ਨਹੀਂ ਸਹੀ ਗੱਲ, ਵਡਿਆਈ ਮਾਲਕ ਬਖਸ਼ਦਾ ਹਰ ਇੱਕ ਨੂੰ ਬਖਸ਼ਦਾ। ਅੱਜ ਆਪਣੇ ਭਰਾ ਦਾ ਸੱਚ ਵਰਿੰਦਰ ਖੇਮ ਕਰਨ ਦਾ ਸਨਮਾਨ, ਗੱਡੀਆਂ ਲਾਉਣਾ, ਮਾਝੇ ਦਾ ਪਹਿਲਾ ਬੁਲਾਰਾ ਉਹ ਸਾਡਾ ਵੀਰ, ਛੋਟੀ ਉਮਰ ਦੇ ਵਿੱਚ ਜਿੰਨੇ ਬਹੁਤ ਨਾਮਣਾ ਕੱਢਿਆ, ਦਿਲੋਂ ਸਕੂਨ ਖੁਸ਼ੀ ਆ ਵੀ ਸਾਡੇ ਮਾਝੇ ਵਾਲੇ ਭਰਾਵਾਂ ਦੀ ਵਾਰੀ ਆ ਗਈ ਆ। ਸਹੀ ਗੱਲ, ਵਰਿੰਦਰ ਉਹ ਪਹਿਲਾ ਆਪਾਂ ਕਹਿ ਸਕਦੇ ਹਾਂ ਸਾਡਾ ਵੀਰ ਜਿਹਨੂੰ ਗੱਡੀ ਨਾਲ ਸਨਮਾਨ ਹੋ ਜਾ ਰਿਹਾ। ਹਾਂਜੀ, ਬੜੀ ਮਾਣ ਵਾਲੀ ਗੱਲ ਆ ਸਾਡੇ ਭਰਾ ਲਈ ਅਤੇ ਸਾਡੇ ਮਾਝੇ ਲਈ ਮਾਣ ਵਾਲੀ ਗੱਲ ਆ। ਠੀਕ, ਵੇਲੇ ਉੱਦਾਂ ਹੀ ਪੱਟੀ ਆ ਗਏ ਉੱਦਾਂ ਇਹ ਕਰਾਓ ਗੱਲ ਨਹੀਂ ਸੁਣਾਓ, ਇਲਾਕਾ ਆ ਪੱਟੀ ਪੱਟੀ ਇਲਾਕਾ ਮੁੰਡੇ ਕਰਦੇ ਖੜਾਕਾ ਅਣਖੀ ਆ ਬੂਟੇ ਇਹ ਰੱਜ ਕੇ ਦਲੇਰ ਨੇ ਇਹ ਮੁੰਡਾ ਆਪਣਾ ਗੁਰੀ ਪੁੱਟਰ ਦਾ ਗਾਣਾ ਨਹੀਂ ਆਇਆ? ਹਾਂਜੀ, ਏਰੀ ਪੱਟੀ ਏਰੀ ਵਾਲਾ ਨਾ। ਹਾਂਜੀ, ਮੁੰਡਾ ਵੀ ਬੜਾ ਘੈਂਟ ਗਾਉਂਦਾ, ਹੁਣ ਸਾਨੂੰ ਉਹ ਵੀ ਸਟਾਰ ਆ। ਨਹੀਂ ਸਹੀ, ਉਹਦਾ ਗਾਣਾ ਨਵਾਂ ਆਇਆ ਨਾ। ਹਾਂਜੀ, ਗੋਪੀ ਪਰਮੇਸ਼ਰ ਭਲਵਾਨ ਜਿਹਦੇ ਵਿੱਚ ਆ। ਹਾਂਜੀ ਹਾਂਜੀ, ਸਹੀ ਗੱਲ, ਸੋਹਣਾ ਸੋਹਣਾ ਗਾਉਂਦਾ ਮੁੰਡੇ ਦੇ ਹਿੱਕ 'ਚ ਦਾਮਾ ਬਾਅਦ 'ਚ ਬਹੁਤ ਵਧੀਆ ਸਰੀਦਾ ਇਲਾਕੇ 'ਚ ਬੜੇ ਬੜੇ ਮੱਲ ਜੱਸੀ ਪੱਟੀ ਦਾ ਨਾਂ ਵੱਡਾ। ਹਾਂਜੀ, ਉਹਨਾਂ ਦੇ ਫਾਦਰ ਸਾਹਿਬ ਛਿੰਦੇ ਭਲਵਾਨ ਉਹਨਾਂ ਦਾ ਨਾਂ ਵੱਡਾ। ਹਾਂਜੀ, ਜੇ ਆਪਾਂ ਕਹੀਏ ਨੇੜੇ ਤੇੜੇ ਪਿੰਡ ਦੁੱਬਲੀ ਪਿੰਡ ਆ ਸਾਬਾ ਸਾਹ ਭਲਵਾਨ ਆਪਣਾ ਹੈ ਨਾ। ਹਾਂਜੀ, ਧੀ ਦੁੱਬਲੀ ਹੋਣੀ ਨਾਲ ਨਾਲ ਬੜੇ ਪਿੰਡ ਨੇ ਬਾਕੀ ਕਲੇਰ ਵੀਰ ਹੋਣੀ। ਹਾਂਜੀ, ਨਾਲ ਹੀ ਕੱਚਾ ਪੱਕਾ ਪਿੰਡ ਲਾਲੋ ਮਨਦੀਪ ਹੋਣਾ ਉਹਦਾ। ਹਾਂਜੀ ਸਹੀ, ਮੱਖਣ ਭਲਵਾਨ ਦਾ ਆਪਾਂ ਪਹਿਲਾਂ ਜ਼ਿਕਰ ਕੀਤਾ ਇਲਾਕੇ ਦਾ। ਹਾਂਜੀ, ਅੱਛਾ ਮੱਖਣ ਭਲਵਾਨ
ਮਾਝੀ ਦਾ ਜਿੱਦਾਂ ਦੁਆਬੇ ਦੇ ਵਿੱਚ ਮੰਗੀ ਬੱਗਾ ਪਿੰਡ ਤੇ ਸੰਦੀਪ ਨੰਗਲਾਂਬੀ ਵਾਲੇ ਨੇ ਬੜੇ ਪਲੇਅਰਾਂ ਦੇ ਬੀਜ ਬੂਜ ਲਵਾਏ ਨਾ, ਹਾਂਜੀ ਆਪਣੇ ਮਾਝੇ ਚ ਚੱਲਦਾ ਥੋੜਾ ਸਾਇਲੈਂਟ ਜਿਹਾ ਬੰਦਾ ਆਪਣਾ, ਹਾਂਜੀ 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 ਸਹੀ ਗੱਲ, ਸ਼ਾਂਤ ਜਿਹਾ ਪਰ ਹਾਂਜੀ ਗੋਪੀ ਕੈਰੋਂ ਸਾਡਾ ਉਹ ਵਿਆਹਿਆ ਉੱਥੇ ਹੁਸ਼ਿਆਰਪੁਰ ਸਾਈਡ, ਹਾਂਜੀ ਅਸੀਂ ਗਏ ਉੱਥੇ ਇਹਨਾਂ ਦਾ ਕੰਧਾਲੇ ਜੱਟਾਂ ਮੇਲਾ ਸੀਗਾ ਤੇ ਚਲੋ ਰਾਹ ਚ ਗੋਪੀ ਕੈਰੋਂ ਦੇ ਸਹੁਰੇ ਆਉਂਦੇ ਆ, ਹਾਂਜੀ ਉਹਨਾਂ ਚਲੋ ਇਨਵਾਈਟ ਕੀਤਾ ਸੀ ਭਲਵਾਨਾਂ ਨੂੰ ਵੀ ਤੁਸੀਂ ਵੀਰਾਂ ਨੂੰ ਦੋ ਤਿੰਨ ਮੈਂ ਗੋਪੀ ਕੈਰੋਂ ਹਾਂਜੀ ਤੇ ਮੱਖਣ ਭਲਵਾਨ ਸੀ ਤੇ ਇੱਕ ਕਾਕਾ ਕਲੀਅਰ ਸੀ, ਹਾਂਜੀ ਭਲਵਾਨ ਉਹ ਭਰਾਇਆ ਗਏ ਤੇ ਕੀ ਦੱਸਾਂ ਉਹਦੇ ਸਾਡੀ ਤੇ ਭੈਣ ਲੱਗਦੀ ਆ ਹਨਾ ਗੋਪੀ ਕੈਰੋਂ ਦੇ ਪਰਿਵਾਰ ਚੋਂ, ਹਾਂਜੀ ਉਹਨਾਂ ਦੇ ਘਰ ਦੇ ਜਿਹੜੇ ਭੈਣ ਨੇ ਵੀਰ ਮੱਖਣ ਭਲਵਾਨ ਦੇ ਪੈਰੀਆਂ ਸਲਾਇਆ ਤੇ ਅਸੀਂ ਸਾਰੇ ਅਸੀਂ ਸਾਰੇ ਨੇ ਮਾਝੇ ਚ ਸੋਚੀ ਵੀ ਮੈਂ ਭੈਣੇ ਤੂੰ ਸਹੀ ਬੰਦੇ ਦੇ ਪੈਰੀ ਹੱਥ ਲਾਇਆ ਇਹ ਬਾਬਾ ਆ, ਹਾਂਜੀ ਜੋ ਕਹਿ ਦਿੰਦਾ ਨਾ ਮੱਖਣ ਭਲਵਾਨ ਹਾਸੇ ਭੈਣੇ ਜੋ ਕਹਿ ਦਿੰਦਾ ਉਹ ਹੋ ਜਾਂਦਾ, ਨਹੀਂ ਸਹੀ ਗੱਲ ਹੈ ਇਹ ਸੱਚਾਈ ਆ, ਹਾਂਜੀ ਗੱਲ ਪਹਿਲੀ ਗੱਲ ਤੋਂ ਆਪਾਂ ਇਹ ਗੱਲ ਨੂੰ ਫੇਰ ਕੇਂਦਰਿਤ ਕਰ ਦਈਏ ਉਹਦੀ ਹਰ ਗੱਲ ਚ ਵਾਹਿਗੁਰੂ, ਸਹੀ ਗੱਲ ਹੁਣ ਇੰਟਰਵਿਊਆਂ ਵੇਖੀਆਂ ਉਹਦੀਆਂ ਭਲਵਾਨ ਬਾਹਰ ਇੱਕ ਇੰਟਰਵਿਊ ਹੋਈ ਨਾ, ਹਾਂਜੀ ਉਹਦੇ ਚ ਵੀ ਉਹਨੇ ਇਹੋ ਗੱਲ ਕਹੀ ਵੀ ਕਰਨ ਵਾਲਾ ਵਾਹਿਗੁਰੂ ਆ, ਕਿੰਨੀ ਭਾਰੀ ਇੰਜਰੀ ਤੋਂ ਬਾਅਦ ਭਲਵਾਨ ਆਟਾ ਖੇਡਣਾ ਸ਼ੁਰੂ ਕੀਤਾ, ਹਾਂਜੀ ਸਹੀ ਗੱਲ ਡਾਕਟਰਾਂ ਨੇ ਕਈ ਕੁਛ ਕਹਿ ਦਿੱਤਾ ਸੀ ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉੱਤੇ ਕਿਰਪਾ ਹੀ ਨਹੀਂ ਆ, ਬਾਬਾ ਅਵਤਾਰ ਸਿੰਘ ਜੀ ਘਰਿਆੜੇ ਵਾਲਿਆਂ ਦੇ ਉੱਤੇ ਕਿਰਪਾ ਹੀ ਨਹੀਂ ਆ, ਹਾਂਜੀ ਬਾਕੀ ਰੱਬ ਭਰਾਟ ਕਰੇ ਜਦੋਂ ਦੁਆ ਕਰਦੇ ਮਾਝੇ ਨੂੰ ਉੱਤੋਂ ਬੜੀਆਂ ਆਸਾਂ, ਉਹਨੇ ਇੰਨਾ ਕੁ ਵੀਜ਼ਾ ਲਵਾਇਆ ਵਾ ਪਤਾ ਹੀ ਨਹੀਂ ਸਾਨੂੰ ਲੋਕਾਂ ਨੂੰ, ਬਸ ਨਾ ਨੀ ਵੀਰ ਕਦੀ ਲੈਂਦਾ ਹਨਾ ਕੀ ਸ਼ੋਅ ਹੀ ਨਹੀਂ ਹੋਣ ਦਿੰਦਾ ਯਾਰ, ਹਾਂਜੀ ਚੱਲ ਹੁਣ ਤੂੰ ਜੇ ਕਿਤੇ ਪਾਤੀ ਵੀਰ ਲੋਕਾਂ ਨੂੰ ਪਤਾ ਲੋਕਾਂ ਨੂੰ ਬਾਹਲਾ ਆ ਹਾਂਜੀ ਮੇਰੇ ਦੱਸਣਾ ਹੀ ਪਤਾ ਲੱਗਣਾ, ਹਾਂਜੀ ਸਹੀ ਗੱਲ ਆ ਬੜੇ ਉਹਦਾ ਰੌਲਾ ਹੈ ਨਹੀਂ, ਹਾਂਜੀ ਪਤਾ ਕੰਮ ਹੋ ਗਿਆ ਬੰਦੇ ਦਾ ਇਹ ਗੱਲ ਸੱਚੀ ਆ, ਜਾਂਦੇ ਹਨ ਬਾਕੀ ਸਾਰੇ ਵੀਰ ਮਾਲੇ ਇਸ ਇਲਾਕੇ ਦੇ ਆ ਪਰੰਜੀਪੁਰੀਆ ਗੋਪੀ ਇਸ ਇਲਾਕੇ ਦਾ ਵੱਡਾ ਤਾਬਾ, ਹਾਂਜੀ ਹੁਣ ਅੰਬਾ ਗੱਡਾ ਸੋਹਣ ਜਿਹੜਾ, ਹਾਂਜੀ ਭੀਮ ਹੁਣੀ ਜਿਹੜੇ ਮੁੰਡੇ ਦੁੱਬੜੀ ਵਾਲਾ ਵੀ ਭੀਮ ਸੂਰ ਸਿੰਘ ਆ ਵੀ ਆ ਇਥੋਂ ਗੱਲ ਸ਼ੁਰੂ ਹੁੰਦੀ ਹੈ ਨਾ ਸਾਡਾ ਏਰੀਆ ਪੱਟੀ ਨੀ ਪਾਉ ਪਾਉ ਕਹਿਣ ਨੀ ਮਾਤਾ ਭਾਗੋਰ ਜੀ ਦਾ ਇਲਾਕਾ ਘਰ ਆ ਗ੍ਰਹਿ ਆ ਨਾ ਹਾਂਜੀ ਝਬਾਲ ਆ ਬਾਬਾ ਦੀਪ ਸਿੰਘ ਜੀ ਦਾ ਪਤਾ ਉਹਨਾਂ ਦਾ
ਤਾਰੂ ਸਿੰਘ ਸ਼ਹੀਦ ਭਾਈ ਤਾਰੂ ਸਿੰਘ ਜੀ ਹਨਾ ਪੂਲੇ ਪਿੰਡ ਦੀਆਂ ਗੱਲਾਂ ਹਾਂਜੀ ਯਾਰ ਮਤਲਬ ਇੱਥੇ ਪੈਰ ਪੈਰ ਤੇ ਇਤਿਹਾਸ ਆ ਤਰਨ ਤਾਰਨ ਸਾਹਿਬ ਦੇ ਵਿੱਚ ਮਨੀ ਪਾਤਸ਼ਾਹੀ ਨੇ ਜਿਹੜਾ ਤਰਨ ਤਾਰਨ ਮਤਲਬ ਆਪਾਂ ਅੰਮ੍ਰਿਤਸਰ ਤੇ ਤਰਨ ਤਾਰਨ ਸਾਹਿਬ ਕਹਿ ਸਕਦੇ ਹਾਂ ਵੀ ਹਾਂਜੀ ਵੀ ਵਸਾਇਆ ਗੁਰੂ ਘਰ ਵੀ ਤੁਸੀਂ ਵੇਖਿਆ ਹਨਾ ਹਾਂਜੀ ਖਡੂਰ ਸਾਹਿਬ ਤਰਨ ਤਾਰਨ ਚ ਆਉਣਾ ਆਉਂਦਾ ਆ ਹਾਂਜੀ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਇੰਨੀ ਵੱਡੀ ਕਿਰਪਾ ਭਲਵਾਨੀ ਉਹਨਾਂ ਤੋਂ ਸ਼ੁਰੂਆਤ ਹੋਈ 1540 ਹਾਂਜੀ ਬਾਕੀ ਸਾਰੀਆਂ ਗੱਲਾਂ ਇਤਿਹਾਸ ਦੀਆਂ ਜਿਹੜੀਆਂ ਨੇ ਮਹਾਂਪੁਰਸ਼ਾਂ ਦੇ ਮੂੰਹੋਂ ਸੁਣੀਆਂ ਤਾਂ ਬਹੁਤ ਵਧੀਆ ਲੱਗਦੀਆਂ ਮੇਰੇ ਵਰਗੇ ਬੰਦੇ ਦੇ ਨੌਲੇਜ ਘੱਟ ਆ ਇੰਨਾ ਕੁ ਹੈਗਾ ਉਨਾ ਕੀ ਆ ਹਾਂਜੀ ਸਹੀ ਗੱਲ ਬਾਕੀ ਕਬੱਡੀ ਜਿੰਦਾਬਾਦ ਵਾਰ ਵਾਰ ਕਿੰਨੇ ਭਰਾ ਉੱਦਾਂ ਇਹ ਗੱਲ ਹੈਗੀਆਂ ਜਿਹੜਾ ਕਬੱਡੀ ਨਾਲ ਜੁੜਦਾ ਵਾਰ ਅਤੇ ਕੋਈ ਨਾ ਕੋਈ ਜ਼ਿੰਦਗੀ 'ਚ ਪਾਉਂਦਾ ਪਾਉਂਦਾ ਉਹ ਸਰਵਪੱਖੀ ਵਿਕਾਸ ਹੁੰਦਾ ਸਰਵਪੱਖੀ ਬੰਦਾ ਮਾਣਦਾ ਰਹੇ ਕਬੱਡੀ ਹਾਂਜੀ ਕਬੱਡੀ 'ਚ ਬੜੀਆਂ ਚੀਜ਼ਾਂ ਨੇ ਅੱਜ ਕੱਲ੍ਹ ਚੱਲਦੀਆਂ ਨੇ ਚਲੋ ਆਪਾਂ ਕਿਉਂ ਜ਼ਿਕਰ ਕਰਨਾ ਹਾਂਜੀ ਮਹਾਂਪੁਰਸ਼ ਕਹਿੰਦੇ ਵੀ ਕਿਸੇ ਦਾ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਕਿਸੇ ਦੇ ਕਰਮ ਨਹੀਂ ਝਾੜਨਾ ਚਾਹੀਦਾ ਹਾਂਜੀ ਸਹੀ ਕੁਝ ਚੱਲੀ ਜਾਂਦਾ ਹਾਂਜੀ ਜਿਹੜੇ ਕਬੱਡੀ ਨਾਲ ਯਾਰ ਇਮਾਨਦਾਰ ਨੇ ਉਹਨਾਂ ਦਾ ਰੱਬ ਨੇ ਘਰ ਭਰੇ ਹਾਂਜੀ ਸਹੀ ਗੱਲ ਇਮਾਨਦਾਰੀ ਕੋਈ ਵੀ ਕਾਰਜ ਕਰੋ ਉਹਦੇ ਨਾਲ ਇਮਾਨਦਾਰ ਰਹੋ ਸਹੀ ਗੱਲ ਕੰਮ ਨੂੰ ਆਪਣੇ ਨੂੰ ਜੇ ਤੁਸੀਂ ਪੂਜਾ ਸਮਝਦੇ ਹੋ ਨਾ ਹਾਂਜੀ ਕੰਮ ਆਪਣੇ ਦੀ ਜੇ ਤੁਸੀਂ ਭਗਤੀ ਸਮਝਦੇ ਤਾਂ ਕੰਮ ਕਾਮਯਾਬ ਹਾਂਜੀ ਸਹੀ ਗੱਲ ਬੰਦਾ ਗਲਤ ਕਰਦਾ ਜੀ ਹਾਂਜੀ ਦੁਨੀਆਦਾਰੀ ਦੇ ਅਸੂਲ ਆ ਉਹਦਾ ਤਾਂ ਨਿਯਮ ਆ ਜੋ ਕਰੋਗੇ ਦੂਣਾ ਕਰਕੇ ਜੋ ਵੀ ਕਰੋ ਹਾਂਜੀ ਚੰਗਾ ਕਰੋਗੇ ਦੂਣਾ ਚੰਗਾ ਪਾਓਗੇ ਮਾੜਾ ਕਰੋਗੇ ਦੂਣਾ ਮਾੜਾ ਪਾਓ ਹਾਂਜੀ ਕੋਈ ਰਿਆਇਤ ਨਹੀਂ ਹੈਗੀ ਉਹਦੇ ਘਰ 'ਚ ਸਹੀ ਗੱਲ ਮਤਲਬ ਉਹ ਆਉਂਦਾ ਵੀ ਇੱਕ ਹੱਥ ਹਾਂਜੀ ਹੁਣ ਦੇਣੇ ਕੀ ਆਪਾਂ ਜਿਹਦੇ ਆਪਾਂ ਖੁਸ਼ੀਆਂ ਦੇ ਰਹੇ ਹਾਂ ਸੁੱਖ ਦੇ ਰਹੇ ਹਾਂ ਹਾਂਜੀ ਦੂਣਾ ਕਰਕੇ ਦੇਊਗਾ ਉਹ ਹਾਂਜੀ ਇੱਕ ਮੈਂ ਮੁਸਲਮਾਨ ਵੀਰ ਆਪਣਾ ਉਹ ਬੜਾ ਚੋਟੀ ਦਾ ਸ਼ਾਇਰ ਆ ਉਹਨੇ ਇੱਕ ਚੀਜ਼ ਬੋਲੀ ਜਾਂਦਾ ਵੀ ਜਿਹੜਾ ਅੱਲਾ ਪਾ ਗਿਆ ਮਤਲਬ ਵਾਹਿਗੁਰੂ ਸੱਚੇ ਪਾਤਸ਼ਾਹ ਜਿਹੜਾ ਉਹਦਾ ਆਪਣੇ ਬੰਦਿਆਂ ਨੂੰ ਹਾਂਜੀ ਹਮੇਸ਼ਾ ਇੱਜ਼ਤ ਦਿੰਦਾ ਹੈ ਕਹਿੰਦਾ ਉਹ ਜੇ ਉਹ ਮਾਲਕ ਵਾਹਿਗੁਰੂ ਆਪਣੇ ਬੰਦਿਆਂ ਨੂੰ ਇੱਜ਼ਤ ਦਿੰਦਾ ਨਾ ਤਾਂ ਸਾਡਾ ਵੀ ਫਰਜ਼ ਬਣਦਾ ਆਪਾਂ ਇਨਸਾਨਾਂ ਨੂੰ ਬੰਦਿਆਂ ਨੂੰ ਇੱਜ਼ਤ ਦਈਏ ਹਾਂਜੀ ਸਹੀ ਅੱਲਾ ਪਾਕ ਵਾਹਿਗੁਰੂ ਸਾਨੂੰ ਤੁਹਾਡੀ ਇੱਜ਼ਤ ਬਖਸ਼ੋ ਹਾਂਜੀ ਸਹੀ ਗੱਲ ਉਹ ਸਾਰਿਆਂ ਦਾ ਭਲਾ ਕਰਦਾ ਉਹ ਸਾਰਿਆਂ ਨੂੰ ਇੱਜ਼ਤ ਦਿੰਦਾ ਤਾਂ ਫਿਰ ਸਾਡਾ ਵੀ ਤਾਂ ਫਰਜ਼ ਬਣਦਾ ਹੀ ਆ ਹਾਂਜੀ ਬਾਕੀ ਇਹ ਗੱਲਾਂ ਅਮਲ 'ਚ ਆਉਣੀਆਂ ਚਾਹੀਦੀਆਂ ਹੁਣ ਮੇਰੇ ਮੂੰਹ ਮੈਂ ਕਹੀ ਤਾਂ ਜਾਂਦਾ ਗੱਲ ਤਾਂ ਅਜੇ ਮੈਂ ਵੀ ਅਮਲ ਕਰੂੰਗਾ ਇਹਨਾਂ ਗੱਲਾਂ 'ਤੇ ਹਾਂਜੀ ਇਹ ਗੱਲਾਂ ਕਹਿਣੀਆਂ ਸੌਖੀਆਂ ਨੇ ਜੇ ਕਿਤੇ ਅਮਲ 'ਚ ਆ ਜਾਏ ਤਾਂ ਬੰਦਾ ਜ਼ਿੰਦਗੀ ਬੰਦੇ ਦੀ ਆਇਆ ਸਫਲ ਹੋ ਜਾਊਗਾ ਸਹੀ ਗੱਲ ਅਮਲ ਗੱਲਾਂ ਕਬੱਡੀ ਦੀਆਂ ਕਰ ਰਹੀਆਂ ਕਿਹੜੇ ਬਣੇ ਤੁਰ ਪਏ ਮੈਂ ਗੱਲਾਂ ਹੋਰ ਨਹੀਂ ਹੋਰ ਚੱਲ ਪਈਆਂ ਗੱਲ ਸਾਚੀ ਹੋ ਜਾਂਦੀ ਆ ਵੀਰ ਦੀ ਭਲਵਾਨ ਥੋੜਾ ਆਪਣਾ ਸੰਗ ਦਾ ਵਾ ਕਰਕੇ ਮਿਹਨਤ ਲਾ ਹਾਂਜੀ ਭਾਜੀ ਮੈਨੂੰ ਦੱਸੋ ਮੈਂ ਵੀ ਤੁਹਾਨੂੰ ਮੱਖਣ ਬਣਾਉਣ ਦਾ ਨੰਬਰ ਦਿੱਤਾ ਗੱਲ ਕਰ ਉਹਨੇ ਗੱਲ ਕੀਤੀ ਨਾਲ ਹਾਂਜੀ ਤਿੰਨ ਚਾਰ ਮਹੀਨੇ ਨੇ ਟਾਪ ਕਲਾਸ ਮਿਹਨਤ ਲਾਈ ਬੰਦੇ ਨੇ ਹਾਂਜੀ ਉਹਦੇ ਦੱਸਣ ਮੁਤਾਬਕ ਅੱਛਾ ਬੰਦਾ ਐਟਮ ਖੁਸ਼ ਹੈ ਬੰਦਾ ਯਾਰ ਉਹਦੇ ਪੈਰ ਧੋ ਕੇ ਪੀ ਲਿਆ ਅੱਛਾ ਹਾਂਜੀ ਮਿਹਨਤ ਤਿੰਨ ਚਾਰ ਦੱਸੀਆਂ ਇੱਦਾਂ ਹਾਂਜੀ ਬੰਦਾ ਐਟਮ ਵਧੀਆ ਮਤਲਬ ਸੰਤੁਸ਼ਟ ਆਪਣੀ ਖੇਡ ਤੋਂ ਹੋਣਾ ਹਾਂਜੀ ਵਾਕਈ ਵੀ ਹੁਣ ਆਨੰਦ ਆਉਣ ਲੱਗ ਪਿਆ ਉਹਨੂੰ ਖੇਡਦਾ ਹਾਂਜੀ ਵਾਕਈ ਯਾਰ ਵੀ ਇੱਥੇ ਕੰਮ ਰੁਕਿਆ ਜਾਂਦਾ ਆਪਣਾ ਹਾਂਜੀ ਸਾਰੇ ਭਰਾ ਜਿੰਨੇ ਵੀ ਆ ਸਾਰੇ ਚੰਗੇ ਆ ਹਾਂਜੀ ਸਾਰੇ ਚੰਗੇ
ਹਾਂਜੀ ਪਾਸ ਹੋ ਗਿਆ ਮੈਂ ਇਧਰ ਹਰੀਕੇ ਇਧਰ ਕਰਿਆਲਾ ਇਧਰ ਭਿੱਖੀ ਪਿੰਡ ਪਿੱਛੇ ਆਪਾਂ ਪੱਟੀਓਂ ਆਏ ਆ ਬਾਕੀ ਇਤਿਹਾਸਕ ਧਰਤੀਆਂ ਨੇ ਬਾਬਾ ਮੇਰਾ ਰੱਖੇ ਆ ਵੀ ਸਾਡਾ ਸ਼ਹੀਦ ਪਿੰਡ ਹੈ ਨਾ ਸ਼ਹੀਦ ਪਿੰਡ ਵਾ ਅੰਮ੍ਰਿਤ ਹੋਰ ਸੁਣਾਓ ਵੀਰ ਜੀ ਪਰ ਬਾਹਰ ਕਿਵੇਂ ਰਿਹਾ ਵਾ ਬਾਹਰ ਬਹੁਤ ਕੰਟਰੀਆਂ ਨੇ ਛੁੱਟੀਆਂ ਨੇ ਖੇਤਰਫਲ ਚ ਛੁੱਟੀਆਂ ਨੇ ਹਾਂਜੀ ਉਹਦਾ ਏਰੀਆ ਛੋਟਾ ਆ ਕੰਟਰੀਆਂ ਨਹੀਂ ਛੁੱਟੀਆਂ ਆਪਾਂ ਕਹਿੰਦੇ ਛੁੱਟੀ ਕੰਟਰੀ ਹੈ ਹਾਂਜੀ ਉਹ ਕਰੰਸੀ ਜਿਹੜੀ ਆ ਵਰਲਡ ਦੀ ਦੂਜੇ ਨੰਬਰ ਤੇ ਆ ਉਹਦੀ ਪਹਿਲੇ ਨੰਬਰ ਤੇ ਕਵੈਤ ਦੀ ਆ ਠੀਕ ਆ ਉਹਦਾ ਇੱਕ ਦਿਨਾਰ ਇੱਥੇ ਸਾਡੇ ਆ ਕੇ 222 ਤੇ ਰੁਪਏ ਬਣਦਾ ਵੈਰੀ ਇੱਕ ਦਿਨਾਰ ਠੀਕ ਔਰ ਕਵੈਤ ਦਾ ਇੱਕ ਦਿਨਾਰ ਜਿਹੜਾ 260 ਪਲੱਸ ਹੈ ਠੀਕ ਵਰਲਡ ਦੇ ਪਹਿਲੇ ਨੰਬਰ ਤੇ ਕਰੰਸੀ ਜਿਹੜੀ ਆ ਕਵੈਤ ਦੀ ਆ ਦੂਜੇ ਨੰਬਰ ਤੇ ਵੈਰੀ ਹਾਂਜੀ ਉਹ ਸੋਹਣਾ ਮੁਲਕ ਆ ਆਪਣੇ ਮੁਲਕ ਰਗਾਇਆ ਮਤਲਬ ਆਜ਼ਾਦ ਜਿਹਾ ਮੁਲਕ ਹੈ ਜਿੱਦਾਂ ਲਾਲਾ ਵੀ ਜਿੱਦਾਂ ਮਰੀ ਤੁਰਗਰ ਸਾਊਦੀ ਥੋੜੀ ਹੈਗੀਆਂ ਬੰਦਿਸ਼ਾਂ ਹੈਗੀਆਂ ਵਾ ਨੀ ਕਰਨਾ ਤੁਸੀਂ ਉਹ ਨੀ ਕਰਨਾ ਹਾਂਜੀ ਪਤਾ ਚਲੋ ਉਹ ਆਪਣੇ ਸ਼ਰੀਆ ਦੇ ਹਿਸਾਬ ਨਾਲ ਆਪਣੇ ਸਹੀ ਨੇ ਉਹ ਗਲਤ ਨਹੀਂ ਜਿੱਦਾਂ ਉਹਨਾਂ ਨੂੰ ਦੱਸਿਆ ਗਿਆ ਉਹ ਵਧੀਆ ਚੱਲਦੇ ਆ ਮੈਂ ਬਹਿਰੀਨ ਚ ਥੋੜੀ ਫੁੱਲ ਆ ਠੀਕ ਆ ਬਹੁਤ ਵਧੀਆ ਬਹੁਤ ਸੋਹਣਾ ਮੁਲਕ ਆ ਯਾਰ ਨਿੱਕਾ ਜਿਹਾ ਮੁਲਕ ਆ ਕਮਾਲ ਆ ਬੰਦੇ ਵੀ ਘੈਂਟ ਯਾਰ ਇਹ ਸਾਡਾ ਪੰਜਾਬ ਅਜੇ ਤੇ ਆਪਣੇ ਪੰਜਾਬ ਵਰਗਾ ਨਹੀਂ ਬਹੁ ਬਈ ਹਾਂਜੀ ਗੱਲ ਹੈਗੀ ਪੰਜਾਂ ਦਿਨਾਂ ਜੀ ਮੈਂ ਹੋ ਗਿਆ ਵੀ ਯਾਰ ਇੰਨੇ ਦਿਨ ਮੈਂ ਕਹਿਣ ਵਾਲੇ ਆਪਣੀ ਮਾਓ ਜੀ ਨਾਲ ਆਪਾਂ ਉੱਠੇ ਆ ਸਹੀ ਗੱਲ ਆ ਜਿੰਨੀ ਆਪਾਂ ਉੱਥੇ ਮਿਹਨਤ ਕਰਦੇ ਆ ਹਾਂਜੀ ਆਪਾਂ ਕੰਮ ਜਾਣਾ ਉੱਠ ਕੇ ਸਵੇਰੇ ਉਹੀ ਨਾ ਹਾਂਜੀ ਮੰਨ ਲਓ ਆਪਾਂ ਇੱਥੇ ਵੀ ਹਾਂਜੀ ਉਸੇ ਤਰ੍ਹਾਂ ਆਪਾਂ ਸੋਚੀ ਵੀ ਯਾਰ ਮੈਂ ਕੰਮ ਕਰਨਾ ਮਿਹਨਤ ਕਰਨੀ ਹਾਂਜੀ ਵੱਡੇ ਲੈਣਾ ਕਰਾਂਗੇ ਸਮ
60 55 56 ਤੱਕ ਉੱਥੇ ਹੋਣੇ ਚਾਹੀਦੇ ਬੰਦੇ 5 ਵਜੇ 1 ਮਿੰਟ ਵਾਲੇ ਮਿੰਟ ਹੀ ਨਹੀਂ ਮਿਲਦੇ ਮਨ ਰੂਲ ਆ ਮਤਲਬ ਸਾਡੇ ਤੇ ਪਤਾ ਹੀ ਕੋਈ ਹਾਂਜੀ ਹਾਂ ਸੜਕਾਂ ਦੇ ਉੱਤੇ ਮੈਂ ਵੀ ਗਲਤ ਚੱਲ ਰਿਹਾ ਮੈਂ ਵੀ ਬੈਲਟ ਨਹੀਂ ਲਾਈ ਇਸ ਤੇ ਹਾਂਜੀ ਮੈਂ ਵੀ ਗਲਤ ਆ ਇਹ ਗੱਲਾਂ ਮੈਂ ਦੱਸਦਾ ਮੈਂ ਚੰਗਾ ਵੀ ਨਹੀਂ ਰੱਖੂਗਾ ਉੱਥੇ ਉੱਥੇ ਹਰ ਚੀਜ਼ ਸਿਸਟਮ 'ਚ ਹੈ ਹਾਂਜੀ ਮਤਲਬ ਉੱਥੇ ਓਵਰਟੇਕਿੰਗ ਨਹੀਂ ਹੈਗੀ ਹਾਰਨ ਉੱਥੇ ਟੈਕਸ ਦੀ ਗੱਲ ਕਰੀਏ ਹਾਂਜੀ ਸੂਤਾਂ ਨੇ ਜੇ ਉੱਥੇ 100% ਰੇਸ਼ੋ ਆ ਮਤਲਬ ਟੈਕਸ 100% ਹੀ ਟੈਕਸ ਤਾਰਦੇ ਜਿਹੜੇ 18 ਸਾਲ ਤੋਂ ਬਾਅਦ ਨੇੜੇ ਕਮਾਈ ਸ਼ੁਰੂ ਕਰਦੀ ਹੈ ਹਾਂਜੀ ਸਾਰੇ ਟੈਕਸ ਤਾਰਦੇ ਠੀਕ ਸਾਡੇ ਇੱਥੇ 7-7% ਲੋਕ ਨੇ ਜਿਹੜੇ ਟੈਕਸ ਤਾਰਦੇ ਸਹੀ ਤਾਰਨ ਵੀ ਕਿੱਦਾਂ ਸਾਨੂੰ ਕਮਾਈ ਕੀ ਹੈ ਸਹੀ ਗੱਲ ਇੱਥੇ ਤਾਂ ਆਪਾਂ ਜਾਂ ਆਪਾਂ ਘਰ ਦੇ ਕੰਮ ਕਰ ਸਕਦੇ ਹਾਂ ਘਰ ਜਾਂ ਖੇਤੀਬਾੜੀ ਤੇ ਜਾਂ ਜਦੋਂ ਕੋਈ ਦੁਕਾਨ ਦੇ ਸਾਡੇ ਦਾ ਕੋਈ ਉਹ ਨਹੀਂ ਨਾ ਮੁੱਲ ਹੋਣ MSP ਦੇ ਵਾਸਤੇ ਸਾਡੇ ਕਿਸਾਨ ਜਿਹੜੇ ਕਿਨੇ ਦਿਨਾਂ ਦੇ ਹਾਂਜੀ ਇੱਕ ਨਾ ਬੜੀ ਵਧੀਆ ਐਗਜ਼ਾਮਪਲ ਦਿੱਤੀ ਬੰਦੇ ਇੱਕ ਨੇ ਹਾਂਜੀ ਆਪਾਂ ਥੋੜ੍ਹੇ ਦਿਨ ਪਹਿਲਾਂ ਪੜ੍ਹੀ ਸੱਚਨ ਤੰਦੂਲਕਰ ਦਾ ਮੁੰਡਾ ਅਰਜਨ ਤੰਦੂਲਕਰ ਹਾਂਜੀ ਉਹ ਮੁੰਬਈ ਇੰਡੀਆ ਨਾਲ ਖੇਡਦਾ ਉੱਥੇ ਨਾ ਮੁੱਲ ਲੱਗਦਾ ਪਲੇਅਰਾਂ ਦਾ ਵੀ ਉਹਨਾਂ ਨੂੰ ਮੁੱਲ ਬੋਲੀ ਲਾ ਕੇ ਖਰੀਦਿਆ ਜਾਂਦਾ ਠੀਕ ਪਰ ਘੱਟ ਤੋਂ ਘੱਟ ਉੱਥੇ ਉਹਨਾਂ ਦਾ
ਮੁੱਲ ਜਿਹੜਾ ਹੁੰਦਾ ਨਾ ਵੀ 20 ਲੱਖ ਤੋਂ ਘੱਟ ਨਹੀਂ ਕਿਸੇ ਨੂੰ ਖਰੀਦ ਸਕਦੇ। ਹਾਂਜੀ ਕਿ ਬੇਸ ਪ੍ਰਾਈਸ ਹੁੰਦਾ ਵੀ ਇਹ ਤੋਂ ਘੱਟ ਨਹੀਂ ਕਰਦੇ, ਇਹਨੇ ਤਾਂ ਖਰੀਦਣਾ ਹੀ ਪੈਣਾ ਤੁਹਾਨੂੰ। ਅੱਛਾ ਉਹਨੂੰ ਉਧਾਰ ਹੋਵੇ ਕਿਸੇ ਨੇ ਨਹੀਂ ਖਰੀਦਿਆ, ਹਾਰ ਕੇ ਫਿਰ ਮੁੰਬਈ ਇੰਡੀਅਨ ਨੂੰ 20 ਲੱਖ ਦੇ ਉਸੇ ਜਿਹੜੇ ਉਹਦਾ ਬੇਸ ਪ੍ਰਾਈਸ ਉੱਤੇ ਰੱਖਿਆ। ਉਹਦਾ ਮੀਨਿੰਗ ਕੀ ਸਾਡੇ ਕਿਸਾਨ ਜਿਹੜੇ ਹੈ ਨਾ ਭਰਾ ਜਿਹੜੇ ਆ ਉਹ ਚਾਹੁੰਦੇ ਵੀ ਸਾਡਾ ਇੱਕ ਪ੍ਰਾਈਸ ਫਿਕਸ ਕਰ ਦਿੱਤਾ ਜਾਵੇ। ਹਾਂਜੀ ਕੋਈ ਵੀ ਕੰਮ ਲਾ ਦੁਨੀਆਦਾਰੀ ਜਿੱਥੇ ਮਰਜ਼ੀ ਗਾਂ ਕਰ ਦਿੰਦੇ ਆ ਹੁਣ ਆਦਤਾਂ ਨੇ ਸਾਡੀਆਂ ਪਈਆਂ। ਹਾਂਜੀ ਸਾਡੀਆਂ ਆਦਤਾਂ ਬਣ ਚੁੱਕੀਆਂ ਜਿਹੜਾ ਮਗਰ ਖੜ ਗਿਆ ਖੜ ਗਏ। ਹਾਂਜੀ ਹੁਣ ਜਿਸ ਤਰ੍ਹਾਂ ਮੈਂ ਰਾਹ ਯਾਰ ਖਲੋਤਾ ਮਗਰ ਪੱਕਾ ਹੀ ਇਹਨੂੰ ਕਹਿੰਦੇ ਆ ਕੋਈ ਵੀ ਪ੍ਰੋਬਲਮ ਹੋ ਜੇ ਹਾਂ ਵੀਰ ਏਦਾਂ ਕੰਮ ਹੋ ਗਿਆ ਵਾ ਨਿਕਲਣਾ ਚੱਲ ਕੋਈ ਨਾ ਦੱਸਦਾ ਵਾ ਰੱਬ ਨੀ ਇਹ ਗੱਲ ਆ ਜਿੰਨਾ ਚਾਰੀ ਲਾਈ ਆ ਇੱਥੇ ਲਾ ਲੈਂਦੇ ਪਰ ਆਪਣੀ ਇਹ ਗੱਲ ਆ ਜਿੱਥੇ ਜਾਣੀ ਲਾ ਲਈ ਬਾਅਦ ਲਾ ਕੇ ਟੁੱਟਰੀ ਨੀ ਆ।